ਪੰਜਾਬ ਭਰ ਵਿੱਚ ਡੀ ਐਡਿਕਸ਼ਨ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਨਸ਼ਾ ਛੱਡਣ ਦੇ ਚਾਹਵਾਨਾਂ ਲਈ ਡੰਗ ਲੰਘਾਉਣਾ ਮੁਸ਼ਕਿਲ ਹੋ ਰਿਹਾ। ਇਸੇ ਤਰ੍ਹਾਂ ਦੇ ਸੂਬੇ ਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਵੀ ਹਾਲਾਤ ਨਜ਼ਰ ਆ ਰਹੇ ਨੇ। ਪਟਿਆਲਾ ਵਿੱਚ ਨੌਜਵਾਨਾਂ ਨੇ ਨਸ਼ਾ ਛੁਡਾਓ ਕੇਂਦਰ ਦੇ ਬਾਹਰ ਖੜ ਕੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕੀਤਾ। ਦਰਅਸਲ ਨੌਜਵਾਨਾਂ ਨੇ ਕਿਹਾ ਕਿ ਉਹ ਨਸ਼ਾ ਛੱਡਣ ਲਈ ਲੋੜੀਂਦੀ ਦਵਾਈ ਲੈਣ ਆਏ ਨੇ, ਪਰ ਫਿਰ ਉਹਨਾਂ ਨੂੰ ਨਿਰਾਸ਼ ਹੋਣਾ ਪਿਆ ਕਿਉਂਕਿ ਇੱਥੇ ਤਾਲੇ ਲੱਗੇ ਹੋਏ ਸਨ।